ਜਾਂ ਦੋ ਪਾ ਦਿਓ ਵੀ ਭਾਈ ਦੋ ਪੈ ਗਿਆ ਧਰਮ ਕੰਡੇ ਤੇ ਲੈ ਜਾਣ ਟਰਾਲੀ ਆਪਣੀ ਭਜੀ ਖਾਲੀ ਕਰਾ ਤੇ ਫਟਾਫਟ ਆਪਣੇ ਘਰੇ ਵਗ ਜਾ ਹਾਂਜੀ ਪਿੱਛੇ ਇਕੱਠ ਕਰਨ ਦੀ ਲੋੜ ਨਹੀਂ ਰਾਤ ਕੱਢਣ ਦੀ ਲੋੜ ਨਹੀਂ फूड सप्लाई ने रेड किया कणक गणपति फीड फैक्ट्री जो फड़ी गई कारवाई कोई नहीं हुई क्योंकि कांग्रेसियों के फोन चल जाने शुरू हो गए। कणक की वाढ़ी का सीजन 15 अप्रैल तो शुरू हो गया सी ते किसानां वल्लों अपनियां फसलां वढ़ के मंडियां च ले जाया जा रहा है। उत्थे ही सियासतदानां वल्लों भी मंडियां का दौर लगातार जारी है ते उत्थे दे कैप्टन सरकार वल्लों कीते पुख्ता प्रबंधां का जायजा लिया जा रहा है। इस दे चलदे लोक इंसाफ पार्टी मुखी सिमरजीत बैंस वल्लों लुधियाणा के मुल्लापुर दाखां की दाणा मंडी का दौरा किया गया जिथे बैंस ने किसानां दा दुखड़ा सुनिया ते कहा कि अफसर साहिबानां नूं तां ग्राउंड रियलिटी दा पता ही नहीं। नंबर 1 जिहड़ा टोकन जिहनूं आपां पास कह लईए जी ਉਹ ਟੋਕਨ ਅਸਲ ਦੇ ਵਿੱਚ ਛੋਟੇ ਜ਼ਿਮੀਦਾਰ ਤੇ ਛੋਟੇ ਆੜ੍ਹਤੀਏ ਦੀ ਲੁੱਟ ਦਾ ਇੱਕ ਜ਼ਰੀਆ ਬਣ ਗਿਆ। ਜਿਵੇਂ ਹੁਣ ਇੱਥੇ ਗਣਪਤੀ ਫੀਡ ਫੈਕਟਰੀ ਆ, ਹੁਣ ਗਣਪਤੀ ਫੀਡ ਫੈਕਟਰੀ ਦੇ ਵਿੱਚ ਫੀਡ ਬਣਾਉਣ ਵਾਸਤੇ ਕਣਕ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ ਜੀ। ਉਹਦੇ ਕੋਲ ਕਣਕ ਉਹਨੇ ਛੋਟੇ ਜ਼ਿਮੀਦਾਰ ਤੋਂ ਇਸੇ ਪਾਸ ਦਾ ਫਾਇਦਾ ਚੱਕਿਆ ਟੋਕਨ ਦਾ। 100 ਰੁਪਈਆ ਪ੍ਰਤੀ ਕੁਇੰਟਲ ਸਸਤੀ ਕਣਕ ਸਟਾਕ ਕਰਨੀ ਸ਼ੁਰੂ ਕਰਤੀ। ਫੂਡ ਸਪਲਾਈ ਨੇ ਰੇਡ ਕੀਤਾ ਕਣਕ ਉਹਦੇ ਗਣਪਤੀ ਫੀਡ ਫੈਕਟਰੀ ਜੋ ਫੜੀ ਗਈ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਕਾਂਗਰਸੀਆਂ ਦੇ ਫੋਨ ਚੱਲ ਜਾਣੇ ਸ਼ੁਰੂ ਹੋ ਗਏ। ਕਮ ਸੇ ਕਮ ਇਹ ਮਹਾਮਾਰੀ ਦੇ ਉੱਤੇ ਰਾਜਨੀਤੀ ਸ਼ੋਭਾ ਨਹੀਂ ਦਿੰਦੀ। ਰਾਜਨੀਤੀ ਲਈ ਬੜੇ ਲੰਬੇ ਸਮੇਂ ਇਸ਼ੂ ਸਬਜੈਕਟ ਹੁੰਦੇ ਆ। ਕਮ ਸੇ ਕਮ ਗਵਰਨਮੈਂਟ ਜੇ ਮੰਡੀਆਂ ਦੇ ਵਿੱਚ ਇਕੱਠ ਕਰਨ ਤੋਂ ਰੋਕਣਾ, ਸਭ ਤੋਂ ਵੱਡਾ ਇੱਕੋ ਉਪਾਅ ਹੈਗਾ ਕਿ ਤੁਸੀਂ ਧਰਮ ਕੰਡੇ 'ਤੇ ਲੈ ਕੇ ਜਾਓ, ਆੜ੍ਹਤੀਏ ਦਾ ਇੱਕ ਮੁਲਾਜ਼ਮ ਖੜਾ ਹੋਵੇ ਉੱਥੇ, ਉਹ ਕੰਡਾ ਭਰੀਦਾ ਅਤੇ ਖਾਲੀ ਟਰੈਕਟਰ ਟਰਾਲੀ ਦਾ ਕਰਾਵੇ ਲਓ। ਨਾ ਜ਼ਿਮੀਦਾਰ ਨੂੰ ਮੰਡੀ 'ਚ ਆਉਣ ਦੀ ਲੋੜ ਅਤੇ ਨਾ ਆੜ੍ਹਤੀਏ ਨੂੰ ਓੜ ਪੋੜ ਕਰਨ ਦੀ ਜ਼ਰੂਰਤ। ਹੁਣੇ ਕੀ ਹੈ, ਕਿਸੇ ਜ਼ਿਮੀਦਾਰ ਦੇ ਫਰਜ਼ ਕਰੋ 30 ਕਿੱਲਿਆਂ 'ਚ ਕਣਕ ਆ, ਕੰਬਾਈਨ ਵਾਲੇ ਨੇ ਤਾਂ ਆਉਣਾ ਨਹੀਂ ਨਾ 30 ਦਿਨ, ਉਹਨੇ ਤਾਂ ਇੱਕ ਗਰੀ ਆਉਣਾ। ਹੁਣ ਇਹਨਾਂ ਨੂੰ ਪਾਸ ਮਿਲੇ 2 ਟਰਾਲੀਆਂ ਦੇ ਜਾਂ 5 ਟਰਾਲੀਆਂ ਦੇ, ਨਿਕਲੀਆਂ ਨਹੀਂ ਦੀਆਂ 50 ਟਰਾਲੀਆਂ। ਹੁਣ ਇਹ ਘਰ ਇਹਨਾਂ ਦੇ ਕੋਈ ਗਡਾਊਨ ਤਾਂ ਬਣਿਆ ਨਹੀਂ ਹੋਇਆ, ਸ਼ੈੱਡ ਨਹੀਂ ਬਣੇ ਹੋਏ। ਹੁਣ ਉਹ ਕਿਸਾਨ ਰਾਤ ਮੀਂਹ ਪੰਜਾਬ 'ਚ ਕੈਸੇ ਹਾਲਾਤ ਬਣੇ, ਉਹ ਕਿਸਾਨ ਸਟਾਕ ਕਿੱਥੇ ਕਰੇ, ਉਹਨੂੰ ਛੱਤ ਹੈ ਨਹੀਂ। ਦੂਜਾ ਨੰਬਰ ਕਿਸਾਨ 'ਤੇ ਲੇਬਰ ਡਬਲ ਪੈ ਗਈ। ਪਹਿਲਾਂ ਕੰਬਾਈਨ ਨੇ ਕੱਢੀ, ਚੱਕ ਕੇ ਲਿਆ ਕੇ ਘਰੇ ਸਿੱਟੀ, ਫਿਰ ਘਰੋਂ ਜਦੋਂ ਜਿਵੇਂ ਜਿਵੇਂ ਪਾਸ ਹੋਣਗੇ ਫਿਰ ਉਹ ਲੱਦੂਗਾ, ਲੱਦ ਕੇ ਮੰਡੀ ਲੈ ਕੇ ਆਊਗਾ। ਬੈਂਸਾ ਸਮੱਸਿਆ ਲੇਬਰ ਦੀ ਵੀ ਆ, ਚਰਚ 'ਚ ਮੈਂ ਅੱਜ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਲੇਬਰ ਨੂੰ ਕਿਵੇਂ ਲਿਆਈਏ, ਇਹ ਬੰਦਾ ਹੁਣ ਕਰੋਨਾ ਨਾਲ ਇਹਨੂੰ ਕਰੋਨਾ ਬਿਮਾਰੀ ਨਾ ਹੋਵੇ, ਅਸੀਂ ਲਿਆ ਕੇ ਬਿਮਾਰੀ ਥੋੜ੍ਹੀ ਸਹੇੜਨੀ ਆ, ਜੇ ਉਹ ਨਹੀਂ ਲਿਆਉਂਦਾ ਤਾਂ ਵੀ ਮਰਦਾ, ਜੇ ਲਿਆਉਂਦਾ ਤਾਂ ਵੀ ਮਰਦਾ। ਅੱਛਾ, ਮੈਂ ਇਹਦੇ ਵਿੱਚ ਜਿਹੜਾ ਇੱਕ ਧਰਮ ਕੰਡੇ ਵਾਲਾ ਸੁਝਾਅ ਨਾ, ਉਹ ਮੈਨੂੰ ਇਉਂ ਲੱਗਦਾ ਵੀ ਉਹ ਕਈ ਬਿਮਾਰੀਆਂ ਦੀ ਜੜ ਹੈਗੀ ਆ, ਕਈ ਬਿਮਾਰੀਆਂ ਦਾ ਇਲਾਜ ਹੈਗਾ। ਉਹਦੇ ਲਈ ਕੈਪ ਐਂਡ ਮਿਸਟਰ ਕੈਪ ਸਿਨਹਾ ਅਤੇ ਦੂਸਰੇ ਹੈਗੇ ਆ ਰਵੀ ਭਗਤ ਮੰਡੀਕਰਨ ਬੋਰਡ ਵਾਲੇ, ਮੈਂ ਦੋਨੋਂ ਅਧਿਕਾਰੀਆਂ ਨਾਲ ਗੱਲ ਕਰਦਾ। ਬੜਾ ਵਾਜਿਬ ਲੋਕਾਂ ਦਾ ਸੁਝਾਅ ਵੀ ਜੇ ਧਰਮ ਕੰਡਾ ਹੀ ਚਾਲੂ ਹੋ ਜੇ, ਮੇਰਾ ਖਿਆਲ ਪਾਸਾਂ ਪੂਸਾਂ ਦੀ ਫਿਰ ਅਹਿਮੀਅਤ ਹੈ ਨਹੀਂ, ਫਿਰ ਤਾਂ ਕੱਠ ਹੀ ਨਹੀਂ ਹੋਣਾ ਮੰਡੀ 'ਚ। ਚਲੋ ਬੈਂਸ ਸਾਹਿਬ, ਜੇ ਧਰਮ ਕੰਡੇ ਦੀ ਜੇ ਟੋਕਨ ਵੀ ਦਿੰਦੇ ਨੇ, ਟੋਕਨ ਇੱਕ ਜ਼ਿਮੀਦਾਰ ਜੋ ਦਿੱਤਾ ਜਾਂਦਾ ਵਾ ਉਹਦੀ ਸਾਰੀ ਕਣਕ ਇੱਕੋ ਵਾਰੀ ਆ ਜਾਵੇ, ਧਰਮ ਕੰਡਾ ਹੋ ਕੇ ਮੰਡੀ ਛੁੱਟੀ ਜਾਵੇ ਇੱਕੋ ਵਾਰੀ ਆ ਜਾਵੇ, ਨਾ ਤਾਂ ਜ਼ਿਮੀਦਾਰ ਤੇ ਬਾਰ ਬਾਰ ਗੇੜੇ ਲੱਗਣ। ਗੱਲ ਤਾਂ ਫਿਰ ਉੱਥੇ ਆ ਗਈ ਨਾ, ਫਿਰ ਜਿਹੜਾ ਟਾਂਕਾ ਲਾਉਣ ਵਾਲੇ ਲੋਕ ਵਿੱਚ ਬੈਠੇ ਆ, ਉਹ ਟਾਂਕਾ ਕਿਵੇਂ ਲੱਗੂਗਾ? ਕੁਆਰੰਟਾਈਨ ਹੈਗਾ ਉਹ ਆਪਣੇ ਘਰਾਂ ਚ ਬੰਦ ਬੈਠੇ ਅਫਸਰ ਸਾਹਿਬਾਨ, ਉਹਨਾਂ ਨੂੰ ਥੋੜੀ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ। ਟੋਕਨ ਜਾਂ ਪਾਸ ਕੀ ਆ ਵੀ ਮੰਡੀ ਦੇ ਵਿੱਚ ਲੋਕਾਂ ਦੇ ਇਕੱਠ ਨੂੰ ਰੋਕਣਾ।
ਸੋ ਇੱਕ ਪਾਸੇ ਕਣਕ ਦੀ ਵਾਢੀ ਦਾ ਸੀਜ਼ਨ ਤੇ ਦੂਸਰੇ ਪਾਸੇ ਕੋਰੋਨਾ ਦਾ ਕਹਿਰ। ਖੈਰ ਕੈਪਟਨ ਵੱਲੋਂ ਕਿਸਾਨਾਂ ਦੀ ਫਸਲ ਲਈ ਮੰਡੀਆਂ 'ਚ ਹਰ ਪੁਖਤਾ ਪ੍ਰਬੰਧ ਕਰਨ ਦੀ ਗੱਲ ਕਹੀ ਗਈ ਸੀ ਕਿ ਉਹਨਾਂ ਨੇ ਮੰਡੀਆਂ ਦੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਨੇ ਤੇ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਵੇਗੀ ਤੇ ਮੰਡੀਆਂ ਦੇ ਵਿੱਚ ਕਣਕ ਆਉਂਦੇ ਸਾਰ ਹੀ ਉਹਨਾਂ ਦੀ ਫਸਲ ਦਾ ਮੁੱਲ ਪਾਇਆ ਜਾਵੇਗਾ। ਪਰ ਅਜਿਹਾ ਤਾਂ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਫਿਲਹਾਲ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਆਪਣੇ ਦੁੱਖੜੇ ਸੁਣਾ ਰਹੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬ।